ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ, ਅਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਜੀ। ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਦਿੱਲੀ, ਦਿੱਲੀ ਜਾ ਰਹੇ ਹਾਂ ਜੀ। ਰਾਤ ਦਾ ਕੀਰਤਨ ਹੈ, ਅਸੀਂ ਪਹੁੰਚ ਚੁੱਕੇ ਹੋਏ ਹਾਂ ਜੀ, ਫਗਵਾੜਾ ਕ੍ਰੋਸ ਕਰ ਲਿਆ ਹੋਇਆ, ਅਤੇ ਟਾਈਮ ਹੋਇਆ ਜੀ 12:19। ਰਸਤੇ ਦੇ ਵਿੱਚ ਅਸੀਂ ਇੱਕ ਬ੍ਰੇਕ ਲਗਾਵਾਂਗੇ ਲੁਧਿਆਣੇ। ਲੁਧਿਆਣੇ ਤੁਹਾਨੂੰ ਦਿਖਾਇਆ ਸੀ ਜਿਹੜਾ ਪ੍ਰੋਗਰਾਮ, ਸਮਰਾਲਾ ਚੌਂਕ ਗੁਰਦੁਆਰਾ ਨਾਨਕ ਸਰ, ਉੱਥੇ ਇੱਕ ਬ੍ਰੇਕ ਲਗਾਵਾਂਗੇ। ਉਹ ਸਿੰਘ ਕਹਿੰਦੇ ਆ ਵੀ ਅਸੀਂ ਦੁੱਧ ਛਕਾਉਣਾ ਤੁਹਾਨੂੰ, ਅਸੀਂ ਕਿਹਾ ਚਲੋ ਠੀਕ ਹੈ ਛੱਕ ਲੈਂਦੇ ਹਾਂ। ਵੈਸੇ ਪਿੰਨੀਆਂ ਦੇ ਨਾਲ ਜੇ ਉਹ ਇਹ ਨਾ ਵੀ ਉੱਥੇ ਮੁੱਕਰ ਜਾਵੇ, ਉਹ ਨਹੀਂ ਉੱਥੇ ਢਾਲਾਂਗੇ, ਕੋਈ ਨਹੀਂ ਭਾਜੀ। ਹਾਂਜੀ, ਅਤੇ ਬਾਕੀ ਦੀ ਅਪਡੇਟਾਂ ਤੁਹਾਨੂੰ ਦਿੰਦੇ ਜਾਂਦੇ ਹਾਂ ਜੀ, ਦੇਖਦੇ ਹਾਂ ਕੀ ਕੀ ਵਾਪਰਦਾ ਅੱਜ ਰਸਤੇ ਦੇ ਵਿੱਚ। ਅਤੇ ਅੱਜ ਅੱਜ ਥੋੜ੍ਹੀ ਜਿਹੀ ਗਰਮੀ ਲੱਗ ਰਹੀ ਹੈ ਨਾ, ਥੋੜ੍ਹਾ ਜਿਹਾ ਸਨੀ ਹੈ ਨਾ, ਅੱਜ ਸਨੀ ਹੈ ਦੋ ਥੋੜ੍ਹਾ ਜਿਹਾ ਦਿਨ ਨਾ, ਅੱਜ ਥੋੜ੍ਹਾ ਜਿਹੀ ਥੋੜ੍ਹੀ ਗਰਮੀ ਮਹਿਸੂਸ ਹੋ ਰਹੀ ਹੈ। ਅਤੇ ਅੱਛਾ ਹਾਂ, ਉੱਦਾਂ ਅੱਛੀ ਗੱਲ ਹੈ, ਵਿਟਾਮਿਨ ਡੀ ਸਾਨੂੰ ਗੱਡੀ 'ਚ ਬੈਠਿਆਂ ਬੈਠਿਆਂ ਮਿਲ ਜਾਂਦਾ। ਖੈਰ, ਅਤੇ ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਜਾਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ? ਵਧੀਆ ਜੀ ਭਾਜੀ, ਇੱਕਦਮ ਕਿਰਪਾ। ਅਸੀਂ ਹੁਣੇ ਨਾ ਟੋਲ ਟੈਕਸ ਕ੍ਰੋਸ ਕੀਤਾ ਜੀ, ਲਾਡੋਵਾਲ ਜਿਹੜਾ ਫਲੋਰ ਟੱਪ ਕੇ, ਕਿਉਂਕਿ ਫਾਸਟੈਗ ਹੁਣ 1 ਤਰੀਕ ਤੋਂ ਸ਼ੁਰੂ ਹੋ ਰਿਹਾ। ਅਤੇ ਤੁਸੀਂ ਅਗਰ ਤੁਹਾਡੇ ਕੋਲ ਫਾਸਟੈਗ ਨਹੀਂ ਹੈ, ਇਹ ਜਸਟ ਇਨਫੋਰਮੇਸ਼ਨ ਹੈ ਤੁਹਾਡੇ ਲਈ, ਜੇ ਫਾਸਟੈਗ ਤੁਹਾਡੇ ਕੋਲ ਨਹੀਂ ਹੈ ਤਾਂ ਜਿਹੜਾ ਟੋਲ ਦੇ ਨਾਲ ਹੀ ਨਾ ਉਹਨਾਂ ਨੇ ਬੂਥ ਲਗਾਏ ਹੋਏ ਨੇ, ਅਤੇ ਉੱਥੇ ਤੁਹਾਡੇ ਫਾਸਟੈਗ ਬਣਾ ਕੇ ਵੀ ਤੁਹਾਨੂੰ ਦੇਣਗੇ। ਅਤੇ ਜੇ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਵੀ ਉਹ ਬੂਥ 'ਤੇ ਤੁਸੀਂ ਲੈ ਸਕਦੇ ਹੋ ਇਨਫੋਰਮੇਸ਼ਨ। ਅਤੇ ਬਿਲਕੁਲ ਜਦੋਂ ਆਪਾਂ ਟੋਲ ਕ੍ਰੋਸ ਕਰਦੇ ਹਾਂ ਜਾਂ ਟੋਲ ਤੋਂ ਪਹਿਲਾਂ, ਤੁਸੀਂ ਵੇਖ ਸਕਦੇ ਹੋ ਇੱਧਰ ਉੱਧਰ ਉਹਨਾਂ ਨੇ ਬੂਥ ਲਗਾਏ ਹੋਏ ਨੇ ਫਾਸਟੈਗ ਦੇ, ਸਪੈਸ਼ਲੀ ਜਿਹੜੇ ਨਵੇਂ ਕਸਟਮਰਸ ਲਈ ਨਾ, ਅਤੇ ਤੁਸੀਂ ਇਹ ਚੈੱਕ ਕਰ ਲਿਓ। ਕਿਉਂਕਿ 1 ਦਸੰਬਰ ਤੋਂ ਫਾਸਟੈਗ ਜਿਹੜਾ ਹੈਗਾ ਉਹ ਕੰਪਲਸਰੀ ਹੋ ਚੁੱਕਾ ਹੋਇਆ, ਮੈਂਡੇਟਰੀ ਹੋ ਗਿਆ ਹੋਇਆ ਵਾ। ਅਤੇ ਤੁਸੀਂ ਅਗਰ ਫਾਸਟੈਗ ਵਾਲੀ ਲੇਨ ਦੇ ਵਿੱਚ ਜਾਂਦੇ ਹੋ ਅਤੇ ਤੁਹਾਡਾ ਫਾਸਟੈਗ ਅਗਰ ਨਹੀਂ ਚੱਲ ਰਿਹਾ ਜਾਂ ਨਹੀਂ ਲੱਗਾ ਹੋਇਆ ਜਾਂ ਉਹਦੇ ਵਿੱਚ ਰਿਚਾਰਜ ਨਹੀਂ ਕਰਵਾਇਆ ਹੋਇਆ ਤੁਸੀਂ, ਤਾਂ ਤੁਹਾਨੂੰ ਡਬਲ ਪੈਨਲਟੀ ਲੱਗੇਗੀ। ਜੇ 100 ਰੁਪਏ ਦੀ ਉਹ ਟਿਕਟ ਹੈਗੀ ਹੈ, ਟਿਕਟ ਕਹਿੰਦੇ ਆ ਹਾਂ, ਅਤੇ ਉਹ ਹਾਂ ਟੋਲ ਟੈਕਸ ਹੈਗਾ ਵਾ, ਜੇ 100 ਰੁਪਏ ਦਾ ਟੋਲ ਟੈਕਸ ਹੈ ਤਾਂ ਤੁਹਾਨੂੰ 200 ਰੁਪਈਆ ਉਹਦੇ 'ਤੇ ਲੱਗੇਗਾ, ਡਬਲ ਲੱਗ ਜਾਏਗਾ। ਇਸ ਲਈ ਆਪੋ ਆਪਣਾ ਜਿਹੜਾ ਫਾਸਟੈਗ ਹੈਗਾ ਉਹ ਰਿਚਾਰਜ ਕਰਾ ਕੇ ਰੱਖੋ, ਅਤੇ ਉਹਦੇ ਵਿੱਚ ਤੁਹਾਨੂੰ ਫਾਇਦਾ ਹੀ ਹੈ, ਬਿਕੋਜ਼ ਟਾਈਮ ਉੱਥੇ ਤੁਹਾਨੂੰ ਵੇਟ ਨਹੀਂ ਕਰਨੀ ਪੈਂਦੀ ਜ਼ਿਆਦਾ, ਕਾਫੀ ਚੀਜ਼ਾਂ ਟਾਈਮ ਦੀ ਬੱਚਤ ਹੈ ਅਤੇ ਤੁਹਾਡੇ ਪੈਸੇ ਦੀ ਵੀ ਬੱਚਤ ਹੈ। ਇਹ ਜ਼ਰੂਰੀ ਚੀਜ਼ਾਂ ਦਾ ਫਾਇਦਾ ਲੈਣਾ ਚਾਹੀਦਾ ਜਿੰਨਾ ਸਰਕਾਰ ਹਾਂ ਕਰ ਰਹੀ ਹੈ, ਵਧੀਆ ਚੀਜ਼ ਹੈ। ਹਾਂ, ਅਤੇ ਕਈ ਲੋਕਾਂ ਦੇ ਦਿਮਾਗ 'ਚ ਇਹ ਵੀ ਹੋਏਗਾ ਕਿ ਪੈਸੇ ਕਿੱਦਾਂ ਕੱਟੇ ਜਾਣਗੇ। ਉਹ ਇਸ ਤਰ੍ਹਾਂ ਹੁੰਦਾ ਹੈ, ਜੇ 100 ਰੁਪਏ ਦੀ ਅਗਰ 100 ਰੁਪਏ ਦਾ ਟੈਕਸ ਹੈਗਾ ਇੱਕ ਸਾਈਡ ਦਾ, ਅਤੇ ਆਪਾਂ ਡਬਲ ਲੈਂਦੇ ਹਾਂ ਤਾਂ ਉਹ 150 ਲੱਗਦਾ, ਡੇਢ ਗੁਣਾ ਲੱਗਦਾ। ਅਤੇ ਜਦੋਂ ਤੁਸੀਂ ਕ੍ਰੋਸ ਕਰਦੇ ਹੋ ਇੱਕ ਸਾਈਡ ਦਾ, ਤੁਹਾਨੂੰ ਪੂਰਾ ਲੱਗਿਆ ਕਰੇਗਾ। ਜੇ 24 ਘੰਟੇ ਦੇ ਅੰਦਰ ਤੁਸੀਂ ਵਾਪਸੀ ਆ ਜਾਂਦੇ ਹੋ ਤਾਂ ਤੁਹਾਨੂੰ ਅੱਧਾ ਟੋਲ ਟੈਕਸ ਹੋਰ ਕੱਟੇਗਾ ਤੁਹਾਡਾ, ਆਪਣੇ ਆਪ ਉਹ ਸਿਸਟਮ ਦੇ ਵਿੱਚ ਹੀ ਹੈ ਉਹਨਾਂ ਦੇ, ਅਤੇ ਕੱਟਿਆ ਤੁਹਾਡਾ 150 ਹੀ ਜਾਏਗਾ। ਪਹਿਲਾਂ ਜਦੋਂ ਇੱਕ ਪਾਸੇ ਜਾਓਗੇ 100 ਰੁਪਏ ਕੱਟਿਆ ਜਾਏਗਾ, ਜੇ 24 ਘੰਟੇ 'ਚ ਵਾਪਸੀ ਆ ਜਾਂਦੇ ਹੋ ਤਾਂ ਉਹਦਾ ਅੱਧਾ ਤੁਹਾਡਾ ਫਿਰ ਕੱਟਿਆ ਜਾਏਗਾ। ਜਿਸ ਤਰ੍ਹਾਂ ਆਪਾਂ ਕੈਸ਼ ਵੀ ਦਿੰਦੇ ਹਾਂ ਉਹ ਇਕੱਠਾ ਆਪਾਂ ਅਪ ਡਾਊਨ ਦਾ ਲੈ ਲੈਂਦੇ ਹੁੰਦੇ ਹਾਂ, 150 ਰੁਪਏ ਦਾ ਟਿਕਟ ਲੈ ਲੈਂਦੇ ਹਾਂ, ਅਤੇ ਉਹ ਪਰ ਇਹ ਜਦੋਂ ਇੱਕ ਸਾਈਡ ਤੁਸੀਂ ਜਾਓਗੇ ਤਾਂ ਤੁਹਾਡੀ ਇੱਕ ਸਾਈਡ ਦੀ ਹੀ ਲੱਗੇਗੀ, ਅਤੇ ਵਾਪਸੀ ਅਗਰ 24 ਘੰਟੇ ਜਾਓਗੇ ਤਾਂ ਤੁਹਾਡਾ ਅੱਧਾ ਹੋਰ ਲੱਗੇਗਾ ਜੀ। ਇਹ ਜ਼ਰੂਰੀ ਹੈ ਚੀਜ਼ਾਂ ਦੱਸਣੀਆਂ ਤੁਹਾਨੂੰ। ਹੈਲੋ, ਹਾਂਜੀ, ਗੱਡੀ ਬਾਹਰ ਹੀ ਲਈਏ ਕਿ ਅੰਦਰ? ਅੰਦਰ ਲਿਆਓ, ਅੰਦਰ ਗੇਟ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆ ਗਏ ਹੋਏ ਆ ਜੀ ਲੁਧਿਆਣੇ ਦੁੱਧ ਪੀਣ ਵਾਸਤੇ। ਵਾਹ ਵਾਹ, ਗੁਰਪ੍ਰੀਤ ਸਿੰਘ ਸਾਡਾ ਵੀਰ, ਇਹਨੂੰ ਮਿਲਵਾਇਆ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਵੀ, ਅਤੇ ਇਹ ਕਹਿੰਦਾ ਹੁਣ ਅਸੀਂ ਦੁੱਧ ਛਕਾ ਕੇ ਭੇਜਣਾ, ਹੁਣ ਮਤਲਬ ਦਿੱਲੀ ਜਾਣਾ ਅਤੇ ਇੱਥੇ ਬ੍ਰੇਕ ਲਾਉਣੀ ਪੈਣੀ ਪੱਕੀ। ਹਾਂ, ਕੀ ਕੀਤਾ ਭਾਜੀ? ਯਾਰ ਬਟਨ ਟੁੱਟ ਗਿਆ, ਨੁਕਸਾਨ ਹੋ ਗਿਆ ਮੇਰਾ ਬਹੁਤ ਵੱਡਾ। ਹਾਂ ਦੇਖੋ, ਬਟਨ ਨੂੰ ਹੱਥ 'ਚ ਹੀ ਆ ਗਿਆ, ਇਹ ਸ਼ੁਕਰ ਕਰੋ ਨੇੜੇ ਗਿਰਿਆ। ਅੱਛਾ, ਮੇਨ ਗੱਲ ਤਾਂ ਰਹਿ ਗਈ, ਵਾਹ ਵਾਹ ਪਿੰਨੀਆਂ
ਇੱਕ ਆਦਮੀ ਪਿੰਨੀਆਂ ਨਹੀਂ ਭਾਜੀ ਜਥਾ ਆ ਆ ਗਈ ਨਾ ਪਿੰਨੀ ਥੋੜੀ ਖਾ ਕੇ ਦੇਖਾਂਗੇ ਵਾਹ ਵਾਹ ਇਹ ਦੁੱਧ ਹਾਂ ਜੀ ਲੈਚੀ ਵਾਲਾ ਭਾਜੀ ਹੈ ਬਸ ਇੰਨਾ ਦੁੱਧ ਪਿਲਾ ਕੇ ਕਿੱਥੇ ਅਸੀਂ ਪਹੁੰਚਾਉਣਾ ਵੀ ਹੁੰਦਾ ਵੀਰੇ ਭਾਜੀ ਰਾਹ 'ਚ ਰੋਕਣਾ ਥੋੜ੍ਹੀ ਹੈ ਤੁਸੀਂ ਉਹੀ ਤਾਂ ਵਧੀਆ ਲੈਚੀ ਭਾਜੀ ਵਧੀਆ ਤੁਹਾਡੇ ਕੋਲ ਹੋਰ ਤੁਸੀਂ ਕੁਛ ਪਾਉਣ ਤਾਂ ਦਿੰਦੇ ਨਹੀਂ ਬੈਠੇ ਰਹਿੰਦੇ ਜਿਆਦਾ ਬੈਠਕ ਹੁੰਦੀ ਇਹ ਬੈਠ ਮਤਲਬ ਉਹ ਨਾਰਮਲ ਹੀ ਆ ਵੀ ਖੰਡ ਬਹੁਤ ਘੱਟ ਆ ਉਹ ਖੰਡ ਬਹੁਤ ਘੱਟ ਹੈ ਯਾਰ ਹਾਂ ਸੋ ਇਹ ਸਪੈਸ਼ਲ ਹੈ ਜੀ ਸਪੈਸ਼ਲ ਬਹੁਤ ਸਪੈਸ਼ਲ ਹੈ ਮਹਾਰਾਜ ਦਾ ਸਰੂਪ ਲੱਗਦਾ ਰੈਜੀਮੈਂਟ ਅੱਛਾ ਰੈਜੀਮੈਂਟ ਦੇ ਵਿੱਚ ਵੀ ਇਹ ਸਿੱਖ ਰੈਜੀਮੈਂਟ ਜਿਹੜੀ ਆ ਉਹ ਮਹਾਰਾਜ ਦਾ ਸਰੂਪ ਨਾਲ ਲੈ ਕੇ ਜਾਂਦਾ ਆਹ ਦੇਖੋ ਜੀ ਬੂਥ ਲੱਗੇ ਹੋਏ ਨੇ ਫਾਸਟ ਟੈਗ ਦੇ ਮੈਂ ਕਿਹਾ ਇੰਨੀਆਂ ਸਾਰੀਆਂ ਕੁਕੀਜ਼ ਇੱਥੇ ਕੀ ਕਰ ਰਹੀਆਂ ਇਹ ਕੁਕੀਜ਼ ਇਹ ਖਾਣ ਵਾਲੀਆਂ ਨੇ ਬਾਲਣ ਵਾਲੀਆਂ ਨੇ ਲਓ ਜੀ ਇਹ ਕੁਕੀਜ਼ ਹੈ ਕੁਕੀਜ਼ ਦੇਸੀ ਕੁਕੀਜ਼ ਇਹ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਇਹ ਰੋ ਮਟੀਰੀਅਲ ਵੀ ਹੈਗਾ ਇੱਥੇ ਇਸੇ ਪੰਜੀਰੀ ਦੀਆਂ ਕੁਕੀਆਂ ਬਣਾ ਦਿੰਦੇ ਹਾਂ ਦੇਖੋ ਜੀ ਬੂਥ ਲੱਗੇ ਹੋਏ ਨੇ ਦੇਖ ਲਓ ਜੀ ਦਿੱਲੀ ਦਾ ਟ੍ਰੈਫਿਕ ਉਹ ਦੂਰ ਤੱਕ ਟ੍ਰੈਫਿਕ ਹੀ ਟ੍ਰੈਫਿਕ ਨਜ਼ਰ ਆ ਰਿਹਾ ਇਸ ਵੇਲੇ ਜਿਹੜਾ ਟਾਈਮ ਹੈ ਨਾ ਲਗਭਗ 7 ਵੱਜਣ ਵਾਲੇ ਹੈ ਅਤੇ ਇਸ ਵੇਲੇ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਲੋਕ ਆਪਣੇ ਘਰਾਂ ਨੂੰ ਜਾ ਰਹੇ ਹੁੰਦੇ ਆ ਸਮਾਨ ਹੋ ਜਹਾਨ ਇੱਕ ਬਾਬਾ
ਪ੍ਰੋਗਰਾਮ ਹੁੰਦੇ ਨੇ ਕਿੱਦਾਂ ਪਤਾ ਚੱਲਦੇ ਨੇ? ਫੇਸਬੁੱਕ 'ਤੇ ਤੁਸੀਂ ਦੇਖ ਲਿਆ ਕਰੋ, ਅਪਡੇਟ ਹੁੰਦੀ ਹੈ ਹਰ ਵੇਲੇ। ਇੰਸਟਾਗ੍ਰਾਮ 'ਤੇ ਹੈ, ਇੰਸਟਾ 'ਤੇ ਹੈਗਾ, ਫੇਸਬੁੱਕ 'ਤੇ ਭਾਈ ਸਾਹਿਬ ਦਾ ਪੇਜ ਹੈ ਨਾ। ਟ੍ਰੈਫਿਕ ਟੈਰਿਫਿਕ ਟ੍ਰੈਫਿਕ ਇਜ਼ ਵੈਰੀ ਟੈਰਿਫਿਕ। ਇਹ ਨਾ ਕਲੀਅਰ ਨਹੀਂ ਆ ਰਹੇ ਹੈ ਨਾ, ਕੁਛ ਸਮਥਿੰਗ ਇਜ਼ ਰੋਂਗ। ਹਾਂ, ਥੋੜ੍ਹੀ ਜਿਹੀ ਕੈਮਰੇ ਨੂੰ ਕਰੀਮ ਦੀ ਲੋੜ ਪੈਂਦੀ ਹੈ, ਇਹਦਾ ਮੂੰਹ ਗੋਰਾ ਕਰਨਾ ਪੈਂਦਾ। ਕਰੀਮ ਲਾਉਣੀ ਪੈਂਦੀ ਮੈਂ ਕਹਿੰਦਾ। ਹਾਂਜੀ, ਕਰੀਮ ਲਾਉਣੀ ਲੱਗ ਜਾਂਦੀ ਹੈ, ਇਹਦੀ ਕਰੀਮ ਜ਼ਿਆਦਾ ਚੜ੍ਹ ਜਾਂਦੀ ਹੈ। ਸੋ ਜੀ, ਅਪਡੇਟ ਇਹ ਹੈ ਜੀ ਕਿ ਅਸੀਂ ਹੁਣੇ ਦਿੱਲੀਓਂ ਕੀਰਤਨ ਕਰਕੇ ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਵਾਪਸ। ਵਾਪਸ ਜਾ ਰਹੇ ਹਾਂ ਜੀ ਜਲੰਧਰ। ਜਲੰਧਰ ਜਾ ਕੇ ਕਰਾਂਗੇ ਰੈਸਟ। ਰੈਸਟ ਕਰਕੇ ਕੱਲ੍ਹ ਦਾ ਪ੍ਰੋਗਰਾਮ ਹੈ ਨਵਾਂ ਸ਼ਹਿਰ ਹੈ ਜੀ। ਬਿਲਕੁਲ ਸਹੀ, ਨਵਾਂ ਸ਼ਹਿਰ ਪ੍ਰੋਗਰਾਮ ਕਰਕੇ ਫਿਰ ਅੱਗੇ ਨੈਕਸਟ ਡੇ ਸਾਡੀ ਜਿਹੜੀ ਫਲਾਈਟ ਹੈਗੀ ਵਾਹਗਾ ਬਾਰਡਰ ਤੋਂ ਤੁਰ ਕੇ ਫਲਾਈਟ ਲੈਣੀ ਹੈ ਸਿੱਧਾ ਪਾਕਿਸਤਾਨ। ਯੈਸ, ਠੀਕ ਹੈ ਜੀ, ਬਿਲਕੁਲ ਠੀਕ। ਅਤੇ ਵਲੌਗਾਂ ਦੀ ਝੜੀ ਲਾ ਦੇਣੀ ਹੈ ਐਤਕੀ, ਜਿੰਨੇ ਵੱਧ ਤੋਂ ਵੱਧ ਹੋ ਸਕੇ ਆਪ ਜੀਆਂ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬਾਂ ਦੇ, ਅਤੇ ਜਿੰਨੀ ਵੱਧ ਤੋਂ ਵੱਧ ਹੋ ਸਕੇ ਪਿਆਰੀਆਂ ਪਿਆਰੀਆਂ ਸੰਗਤਾਂ ਦੇ ਦਰਸ਼ਨ ਕਰਾਵਾਂਗੇ, ਅਤੇ ਕੋਸ਼ਿਸ਼ ਪੂਰੀ ਰਹੇਗੀ ਸਾਡੀ। ਤੁਸੀਂ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਸਬਸਕ੍ਰਾਈਬਰ ਜੋੜ ਕੇ ਰੱਖੋ। ਹਾਂਜੀ, ਅਤੇ ਤੁਸੀਂ ਨਾ ਬਸ ਆਪਣੀਆਂ ਬੈਲ ਆਈਕਨਾਂ ਜਿਹੜੀਆਂ ਨਾ ਤਿੱਖੀਆਂ ਕਰਕੇ ਰੱਖੋ, ਵਲੌਗਾਂ ਦੀ ਤੁੰਨ ਪਾ ਦੇਣੀ ਆ। ਰੋਜ਼ ਦੇ ਆਪਾਂ ਕੋਸ਼ਿਸ਼ ਕਰਾਂਗੇ ਦੋ ਵਲੌਗ ਆਪਾਂ ਪਾਉਣੇ ਆ। ਜ਼ਿਆਦਾ ਹੋ ਗਿਆ, ਹੋ ਸਕਦਾ ਮੈਂ ਹੋ ਸਕਦਾ ਜੇ ਪੋਸੀਬਲ ਹੋਇਆ ਤਾਂ ਜ਼ਰੂਰ ਹੋ ਸਕਦਾ। ਹਾਂ ਜੀ, ਹੋ ਸਕਦਾ, ਨਥਿੰਗ ਇਜ਼ ਇਮਪੋਸੀਬਲ। ਸੋ ਕੋਸ਼ਿਸ਼ ਕਰਾਂਗੇ, ਬਾਕੀ ਦੀ ਅਪਡੇਟਾਂ ਤੁਹਾਨੂੰ ਦਿੰਦੇ ਹਾਂ ਜੀ। ਅੱਗੇ ਟ੍ਰੈਫਿਕ ਹੈ ਟੈਰਿਫਿਕ। ਨਮਸਤੰ ਅਭੇਸੇ ਨਮਸਤੰ ਨਿਰਭਾਮੇ ਨਮੋ ਸਰਵਕਾਲੇ ਨਮੋ।